ਵੇਖੋ ਗੱਲ ਸੁਣ, ਇਹਨੂੰ ਇਹਨੂੰ ਫੋਬੀਆ ਹੋ ਗਿਆ ਸੁਖਜਿੰਦਰ ਸਿੰਘ ਰੰਧਾਵੇ ਦਾ, ਨਾ ਇਹਨੂੰ ਰਾਤ ਮੈਂ ਸੌਣ ਦੇਣਾ ਅਤੇ ਨਾ ਮੈਨੂੰ ਦੇਣੀ। ਵੇਖੋ ਕਿਤੇ ਵੀ ਜਿਹੜਾ ਮਰਡਰ ਹੁੰਦਾ ਅਤੇ ਜੇ ਇਹ ਸੀ ਬੀ ਆਈ ਨੂੰ ਹੀ ਕਰਨਾ ਤਾਂ ਫਿਰ ਸੀ ਬੀ ਆਈ ਨੂੰ ਕਰਕੇ ਪੰਜਾਬ ਪੁਲਿਸ ਦੀ ਤਾਂ ਲੋੜ ਹੀ ਨਹੀਂ ਪੰਜਾਬ 'ਚ। ਔਰ ਇਹ ਜਿਹੜੀ ਹਰ ਚੀਜ਼ ਨੂੰ ਕਰਕੇ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਜੇ ਕਹਿੰਦਾ ਕਿ ਮੇਰਾ ਹੀ ਬੰਦਾ, ਇਹ ਤਾਂ ਕਦੀ ਇਹਦੇ ਬੰਦੇ ਜਿਹੜਾ ਹੁਣ ਮੈਨੂੰ ਤਾਂ ਉਹ ਬੰਦੇ ਦਾ ਪਤਾ ਹੀ ਨਹੀਂ, ਇਸ ਕਰਕੇ ਇਹਦੀ ਇਨਵੈਸਟੀਗੇਸ਼ਨ ਹੋਣ 'ਤੇ ਪਤਾ ਆਪੇ ਚੱਲ ਜਾਏਗਾ ਕੌਣ ਆ ਇਹਦਾ। ਮਤਲਬ ਪੰਜਾਬ 'ਚ ਮੈਨੂੰ ਤਾਂ ਇਵੇਂ ਲੱਗਦਾ ਕਿ ਜਿਵੇਂ ਸੀਰੀਜ਼ ਕਿਲਿੰਗ ਨਹੀਂ ਸੀ ਚੱਲੀਆਂ ਉੱਥੇ ਉਸ ਟਾਈਮ ਆਰ ਐੱਸ ਐੱਸ ਵਾਲਿਆਂ ਦੀਆਂ ਅਤੇ ਕਾਂਗਰਸ ਦੀਆਂ ਫੜੀਆਂ, ਮੈਨੂੰ ਤਾਂ ਇਹ ਲੱਗ ਰਿਹਾ ਕਿਤੇ ਇਹੋ ਹੀ ਆਪ ਨਾ ਕਰਾਉਂਦਾ, ਕਿਉਂਕਿ ਪੁਰਾਣਾ ਗੈਂਗਸਟਰਾਂ ਦੇ ਨਾਲ ਇਹਦਾ ਰਿਲੇਸ਼ਨ ਰਹੇ ਨੇ। ਔਰ ਤਗੜਾ ਜਿਹੜੀ ਇਹਨੇ ਇੱਕ ਬਹੁਤ ਵਧੀਆ ਗੱਲ ਕਹੀ ਆ, ਜਿਹੜੀ ਚੀਜ਼ ਤਾਂ ਮੈਂ ਐਪਰੀਸ਼ੀਏਟ ਕਰੂੰਗਾ ਇਹਨੂੰ ਵੀ, ਇਹਨੇ ਕਿਹਾ ਸੀ ਕਿ ਜਿਹੜਾ ਗੈਂਗਸਟਰ ਔਰ ਪੋਲੀਟੀਕਲ ਨੈਕਸਸ ਆ ਸਟਾਰਟ ਕਿਹਦੇ ਟਾਈਮ ਤੋਂ ਹੈ, ਇਹਦੇ ਟਾਈਮ ਤੋਂ ਹੈ, ਉਹਦੀ ਇਨਕੁਆਇਰੀ ਪਹਿਲਾਂ ਹੋਣੀ ਚਾਹੀਦੀ ਹੈ। ਸਰ ਕਹਿੰਦੇ 2 ਲੱਖ ਮਜੀਠੀਏ ਦੇ ਲੋਕ ਸੁਖਜਿੰਦਰ ਰੰਧਾਵਾ ਨਹੀਂ ਮਰਵਾ ਸਕਦਾ, ਕਹਿੰਦਾ ਜੇ ਮੈਨੂੰ ਮਾਰਨਾ 2 ਲੱਖ ਮਜੀਠੀਏ ਸਿੱਧਾ ਤੌਰ ਤੇ ਮੈਨੂੰ ਆ ਰਿਹਾ ਹੁਣ ਸਿੱਧਾ ਯਾਰ, ਹੁਣ ਨਿਸ਼ਾਨਾ ਮੇਰਾ ਉਹਦਾ ਕਤਲ ਹੋ ਜਾਂਦਾ। ਅੱਛਾ ਇਹ ਜਿਹੜਾ ਹੁਣ ਸਰਪੰਚ ਲਿਆ ਸੀ ਉਹਦਾ ਇਹਨੇ ਨਾਂ ਲਿਆ ਸੀ, ਇਹਦੇ ਪਹਿਲਾਂ ਜਾ ਕੇ ਆਪ ਵੇਖੇਗੇ ਉਹਨੂੰ। ਮੈਂ ਤਾਂ ਕਹਿੰਦਾ ਮੇਰੀ ਗੱਲ ਸੁਣੋ, ਮੈਨੂੰ ਤਾਂ ਇਵੇਂ ਲੱਗਦਾ ਕਿ ਇਹੋ ਜਿਹੀਆਂ ਚੀਜ਼ਾਂ ਕਰਕੇ, ਕਿਉਂਕਿ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਕਿ ਸੁਖਬੀਰ ਬਾਦਲ ਬਿਲਕੁਲ ਆਊਟ ਆ, ਪੋਲੀਟੀਕਲੀ ਆਊਟ ਆ, ਇਹ ਖਤਮ ਕਰਕੇ ਉਸ ਪਰਿਵਾਰ ਨੂੰ ਖਤਮ ਕਰਕੇ ਇਹ ਅਕਾਲੀ ਦਲ 'ਤੇ ਆਪ ਕਬਜ਼ਾ ਕਰਨਾ ਚਾਹੁੰਦਾ। ਬਿਜਲੀ ਬਿੱਲਾਂ ਦੇ ਵਾਧੇ ਬਾਰੇ ਤੁਹਾਨੂੰ ਕਰਾਂਗੇ ਬੈਠ ਕੇ, ਟਾਈਮ ਨਾਲ ਕਰਾਂਗੇ, ਸੜਕ ਤੇ ਨਹੀਂ ਲਾਗੂ ਹੋਏਗਾ ਤਾਂ ਨਹੀਂ, ਮਤਲਬ ਸੜਕ ਤੇ ਤੁਰੇ ਜਾਂਦੇ ਨੇ ਮੇਰੇ ਪਾਸ ਇਹ ਅਕਾਲੀ ਦਲ ਦੀ ਦੇਣ।